इस ग्लास नूं तुसी आम ना समझियो, इह तुहाडे खर्चे भी घटाऊगा ते तुहाडे पशुआं नूं स्वर्गां दे विच भी पाऊगा। ओह किवें पवन? हांजी, इह तुसी ट्रिक जिहड़ी अपनाउणी आ, लैणा डिस्पोजल दा ग्लास, उहनूं चंगी तरां कंध दे नाल कर लैणा सैट, ते इहदे विच सिर्फ दो चीजां पाउणियां, ਤੁਹਾਡੇ ਪਸ਼ੂਆਂ ਦੇ ਕੋਲ ਮੱਖੀਆਂ ਮੱਛਰ ਬਿਲਕੁਲ ਨਹੀਂ ਆਉਣਗੇ। ਅੱਛਾ, ਪਿਛਲੇ 6 ਮਹੀਨਿਆਂ ਤੋਂ ਪਵਨ ਆਪਾਂ ਦਾ ਮੱਖੀ ਮੱਛਰ ਦੇਖਿਆ ਨਹੀਂਗਾ। ਹਾਂਜੀ, ਆਪਣੇ ਪਸ਼ੂ ਤਾਂ ਦੇਖ ਸਵਰਗਾਂ ਜਿਵੇਂ ਦੇਖ ਸਵਰਗਾਂ 'ਚ ਖੜੇ ਹੁੰਦੇ, ਨਾ ਕਦੇ ਇਹਨਾਂ ਨੇ ਪੂਛ ਮਾਰੀ, ਨਾ ਕਦੇ ਇਹਨੇ ਤੇ ਲੱਤਾਂ ਹੀ ਮਾਰੀ ਜਾਂਦੇ ਹੁੰਦੇ ਸੀ। ਹਾਂਜੀ, ਤੇ ਸਮਾਨ ਕੀ ਪੈਣਾ ਆ ਜੋ ਤੁਹਾਨੂੰ ਮੈਂ ਦੱਸਦੀ ਆ। ਦੱਸਦੇ ਆ ਵੀ ਉਹਦੇ ਵਿੱਚ ਅਸੀਂ ਕੀ ਪੈਂਦਾ, ਇਹ 'ਚ ਕੀ ਕੁਝ ਪਾਊਗਾ ਪਵਨ, ਜਲਦੀ ਦੱਸੋ ਮੜਾ। ਹਾਂਜੀ, ਇਹਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਜੀ ਥੋੜੀ ਜੀ ਖੰਡ। ਠੀਕ। ਹਾਂਜੀ, ਤੇ ਇੱਕ ਇਹਦੇ ਵਿੱਚ ਆਪਾਂ ਦੋ ਗੋਲੀਆਂ ਜਿਹੜੀਆਂ ਫਰਨੈਲ ਦੀਆਂ ਪਾ ਦਾਂਗੇ। ਠੀਕ। ਤੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ, ਤੇ ਇਹਨੂੰ ਤੁਸੀਂ 15-20 ਦਿਨਾਂ ਬਾਅਦ ਜਿਹੜਾ ਕਿ ਇਹ ਚੇਂਜ ਕਰ ਲੈਣਾ। ਹਾਂ, ਜਦੋਂ ਤੁਹਾਨੂੰ ਲੱਗੇ ਵੀ ਇਹ ਮਟੀਰੀਅਲ ਖਰਾਬ ਹੋ ਗਿਆ। ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤੇ ਬਸ ਗਲਾਸ ਨੂੰ ਤੁਸੀਂ ਪੂਰਾ ਸੈੱਟ ਕਰਕੇ ਰੱਖਿਓ।